ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਵਿਸ਼ੇਸ਼ ਪ੍ਰੋਗਰਾਮ ਕਲਗੀਧਰ ਪਾਤਸ਼ਾਹ ਦੇ ਸਿਕਰਲੇ 52 ਬਚਨ ਲੜੀਵਰ ਬਚਨਾਂ ਦੀ ਗੱਲ ਕਰਦੇ ਆਂ ਆਪ ਸਭ ਦੇ ਸਾਹਮਣੇ ਕਲਗੀਧਰ ਪਾਤਸ਼ਾਹ ਦਾ ਪੰਜਵਾਂ ਬਚਨ 52 ਬਚਨਾਂ ਦੇ ਵਿੱਚ ਦਸ਼ਮੇਸ਼ ਪਿਤਾ ਦਾ ਪੰਜਵਾਂ ਵਚਨ ਹੈ ਸੇਵਾ ਰੁਚੀ ਨਾਲ ਸਿੱਖ ਸੇਵਕ ਦੀ ਕਰਨੀ ਜਾਂ ਦੂਜੇ ਅਰਥਾਂ ਦੇ ਵਿੱਚ ਕੋਈ ਪੁਰਾਣੀਆਂ ਲਿਖਤਾਂ 'ਚ ਲਿਖਿਆ ਮਿਲਦਾ ਹੈ ਸਿੱਖ ਸੇਵਕ ਦੀ ਸੇਵਾ ਰੁਚੀ ਨਾਲ ਕਰਨੇ ਉਹ ਜਦੋਂ ਪੇ ਸੇਵਾ ਦੀ ਗੱਲ ਕਰਦੇ ਆ ਤੇ ਫਿਰ ਗੁਰਮਤਿ ਦੇ ਜਿਹੜੇ ਮੁੱਢਲੇ ਸਿਧਾਂਤਾਂ ਦੀ ਗੱਲ ਕਰੀ ਹੈ ਤਾਂ ਵਿਦਵਾਨਾਂ ਨੇ ਇਕ ਕਲ ਜੋਰ ਦੇ ਕੇ ਆਖੀ ਆ ਕਿ ਜਿਵੇਂ ਪੰਛੀ ਦੇ ਦੋ ਖੰਭ ਹੁੰਦੇ ਹਨ ਦੋ ਪੰਖ ਹੁੰਦੇ ਹਨ ਉਵੇਂ ਗੁਰਸਿੱਖ ਦੇ ਵੀ ਦੋ ਪੰਖ ਹਨ ਸਿੱਖੀ ਦੇ ਵੀ ਦੋ ਪੰਖ ਹਨ ਦੋ ਖੰਭ ਹਨ ਇੱਕ ਸਿਮਰਨ ਦੂਜਾ ਸੇਵਾ ਸਿਮਰਨ ਦਾ ਅਰਥ ਹੈ ਉਸ ਵਾਹਿਗੁਰੂ ਨੂੰ ਯਾਦ ਰੱਖਣਾ ਉਸ ਵਾਹਿਗੁਰੂ ਨੂੰ ਯਾਦ ਕਰਨਾ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਰਹਿਣਾ ਸਤ ਸਰੂਪ ਸਤ ਗੁਰ ਦੀ ਯਾਦ ਚ ਰਹਿਣਾ ਵਾਹਿਗੁਰੂ ਦੀ ਯਾਤ ਚ ਰਣਾ ਉਸ ਦੇ ਸਿਮਰਨ ਚ ਰਣਾ ਹੈ ਤੇ ਸੇਵਾ ਦਾ ਅਰਥ ਹੈ ਮਨੁੱਖਤਾ ਦੇ ਭਲੇ ਲਈ ਪਰਪਕਾਰ ਲਈ ਨਿੱਜੀ ਸਵਾਰਥ ਤੋਂ ਉੱਤੇ ਉੱਠ ਕੇ ਕਿਸੇ ਮੁਨਾਫੇ ਤੋਂ ਉੱਤੇ ਉੱਠ ਕੇ ਉੱਠ ਕੇ ਕਿਸੇ ਲਾਭ ਤੋਂ ਉੱਤੇ ਉੱਤੇ ਉੱਠ ਕੇ ਕੋਈ ਕਾਰਜ ਕਰਨਾ ਪਰ ਮਨੁੱਖਤਾ ਦੇ ਭਲੇ ਲਈ ਜਦੋਂ ਕਾਰਜ ਕਰਦੇ ਆ ਪਰਪਕਾਰ ਲਈ ਕੋਈ ਕਾਰਜ ਕਰਦੇ ਆ ਉਹ ਸੇਵਾ ਕਰਦਿਆਂ ਹੋਇਆ ਜਿੱਥੇ ਅਸੀਂ ਸਮਾਜ ਨੂੰ ਹੋਰ ਸੁੰਦਰ ਬਣਾ ਰਿਆ ਹੁੰਦੇ ਆਂ ਸਮਾਜ ਦਾ ਦੁੱਖ ਦਰਦ ਵੰਡ ਰਿਆ ਹੁੰਦੇ ਆਂ ਉਥੇ ਨਾਲ-ਨਾਲ ਜਦੋਂ ਤੁਸੀਂ ਆਪਣੇ ਸਮੇਂ ਚੋਂ ਸਰਮਾਇਏ ਚੋਂ ਕੁਝ ਸਾਂਝੇ ਕਾਰਜਾਂ ਲਈ ਲਾਉਂਦੇ ਹੋ ਪਰਪਕਾਰ ਲਈ ਲਾਉਂਦੇ ਹੋ ਬਿਨਾਂ ਕਿਸੇ ਸਵਾਰਥ ਤੋਂ ਲਾਉਂਦੇ ਹੋ ਬਿਨਾਂ ਕਿਸੇ ਮੁਨਾਫੇ ਤੋਂ ਲਾਉਂਦੇ ਹੋ ਤੇ ਤੁਹਾਡੇ ਵਿੱਚ ਇੱਕ ਤਿਆਗ ਦੀ ਭਾਵਨਾ ਵੀ ਆਉਂਦੀ ਹੈ ਮੈਂ ਮੇਰੀ ਤੋਂ ਦੂਰ ਕਰਦੀ ਹੈ ਸੇਵਾ ਤੁਹਾਨੂੰ ਲੋਕਾਂ ਲਈ ਤਿਆਗ ਨਾਲ ਜੀਣਾ ਸਿਖਾਉਂਦੀ ਹੈ ਔਰ ਨਾਲ ਨਾਲ ਤੁਹਾਨੂੰ ਤੁਹਾਡੇ ਫਰਜ਼ਾਂ ਦੀ ਯਾਦ ਵੀ ਦਵਾਉਂਦੀ ਹੈ ਕਿ ਆਪਣੇ ਆਲੇ-ਦੁਆਲੇ ਨੂੰ ਹੋਰ ਖੂਬਸੂਰਤ ਕਰਨਾ, ਚੰਗਾ ਰੱਖਣਾ, ਉਹਦਾ ਦੁੱਖ-ਦਰਦ ਵੰਡਣਾ ਤੁਹਾਡਾ ਫਰਜ਼ ਹੈ। ਸੋ ਸੇਵਾ ਦਾ ਵੱਡਾ ਮਹੱਤਵ ਸਿੱਖੀ ਵਿੱਚ ਗਿਣਿਆ ਗਿਆ ਹੈ। ਆਮ ਤਰਤੇ ਆਪਾਂ ਦੇਖਿਆ ਜਦੋਂ ਆਪਾਂ ਕਿਤੇ ਦੁਕਾਨ ਤੇ ਜਾਈਏ ਜਾਂ ਕੋਈ ਮਨੁੱਖ ਤੁਹਾਨੂੰ ਕੋਈ ਚੀਜ਼ ਸਰਵ ਕਰਕੇ ਹਟਿਆ ਤਾਂ ਉਹਨੇ ਦੁਕਾਨਦਾਰ ਨਹੀਂ ਕਾਰੋਬਾਰ ਵਾਲੇ ਨੇ ਪੁੱਛਣਾ ਹੁੰਦਾ ਕੋਈ ਹੋਰ ਸੇਵਾ ਦੱਸੋ ਜੀ ਉਹ ਸੇਵਾ ਕਹਿਣ ਨੂੰ ਸੇਵਾ ਹੈ ਸੁਣਨਾ ਚੰਗਾ ਲੱਗਦਾ ਹੈ ਵਧੀਆ ਸ਼ਬਦਾਵਲੀ ਹੈ ਕੋਈ ਹੋਰ ਸੇਵਾ ਦੱਸੋ ਜੀ ਪਰ ਕਿਉਂਕਿ ਉਹ ਕਾਰੋਬਾਰ ਕਰਦੇ ਆਂ ਦੁਕਾਨਦਾਰੀ ਕਰਦੇ ਆਂ ਤੁਹਾਨੂੰ ਜੋ ਕੁਝ ਦੇ ਦਿਆ ਹੈ ਉਹਦੇ ਵੱੱਲੇ ਤੁਹਾਡੇ ਤੋਂ ਸਰਮਾਇਆ ਲੈ ਰਿਆ ਹੈ ਉਹਦੇ ਚੋਂ ਮੁਨਾਫਾ ਕਮਾ ਲਿਆ ਕਮਾਰਿਆ ਹੈ ਉਹਦੀ ਸੇਵਾ ਨਹੀਂ ਹੈ ਉਹਦਾ ਕਾਰੋਬਾਰ ਹੈ ਉਹਦੀ ਦੁਕਾਨਦਾਰੀ ਹੈ ਉਹਦਾ ਬਿਜ਼ਨਸ ਹੈ। ਸੋਥੇ ਸੇਵਾ ਜਿਹੜੀ ਆ ਉਹ ਅਸਲ ਸੇਵਾ ਦੇ ਅਰਥਾਂ 'ਚ ਨਹੀਂ ਉਹ ਸਿਰਫ ਕਹਿਣ ਵਾਲੇ ਸੇਵਾ ਦੇ ਸ਼ਬਦਾਂ ਦੇ ਅਰਥਾਂ 'ਚ ਆ। ਸੇਵਾ ਉਹ ਕਾਰਜ ਜਮ ਇੱਕ ਵਾਰੀ ਦੁਬਾਰਾ ਦੁਹਰਾ ਦਿਆ ਕਿ ਜਿਹੜਾ ਪਰਉਪਕਾਰ ਲਈ ਕੀਤਾ ਜਾਵੇ। ਨਿਸ਼ਕਾਮ ਹੋ ਕੇ ਕੀਤਾ ਜਾਵੇ। ਬਿਨਾ ਕਿਸੇ ਮੁਨਾਫੇ ਤੋਂ ਕੀਤਾ ਜਾਵੇ। ਬਿਨਾ ਕਿਸੇ ਸਵਾਰਥ ਤੋਂ ਕੀਤਾ ਜਾਵੇ। ਬਿਨਾ ਕਿਸੇ ਲਾਭ ਲੈਣ ਤੋਂ ਕੀਤਾ ਜਾਵੇ। ਮਨੁੱਖਤਾ ਦੇ ਭਲੇ ਲਈ ਕੀਤਾ ਜਾਵੇ। ਗੁਰਮਤ ਦੇ ਪ੍ਰਚਾਰ ਲਈ ਕੀਤਾ ਜਾਵੇ। ਗੁਰੂ ਦੇ ਦੱਸੇ ਹੋਏ ਸਿਧਾਂਤਾਂ ਦੀ ਗੱਲ ਕਰਨ ਲਈ ਕੀਤਾ ਜਾਵੇ ਆਪਣੇ ਭਾਈਚਾਰੇ ਦੀ ਆਲੇ ਦੁਆਲੇ ਦੀ ਦੁੱਖ ਦਰਦ ਵੰਡਾਉਣ ਲਈ ਕੀਤਾ ਜਾਵੇ ਉਹ ਕਾਰਜ ਜਿਹੜਾ ਸੇਵਾ ਹੈ ਜਿਹਦੇ 'ਚ ਤੁਹਾਨੂੰ ਕੋਈ ਮੁਨਾਫਾ ਨਹੀਂ ਹੈ ਨਿੱਜੀ ਤੌਰ ਤੇ ਤੁਹਾਨੂੰ ਕੋਈ ਲਾਭ ਨਹੀਂ ਹੈ ਨਿੱਜੀ ਤੌਰ ਤੇ ਇਹ ਗੱਲ ਵੱਖਰੀ ਕੁ ਰੋਹਾਨੀ ਤੌਰ ਤੇ ਤੁਸੀਂ ਪਤਾ ਨਹੀਂ ਕਿੰਨਾ ਉਹਦਾਂ ਲਾਭ ਘਟ ਲਿਆ ਇਹ ਗੱਲ ਵੱਖਰੀ ਪਰ ਤੁਸੀਂ ਸਾਹਮਣੇ ਦਿਸਦਾ ਹੋਇਆ ਇਹ ਕੋਈ ਲਾਭ ਨਹੀਂ ਹੈ ਤੇ ਇਸੇ ਕਰਕੇ ਕੀਆ ਗਿਆ ਗੁਰਬਾਣੀ ਨੇ ਐਲਾਨ ਕੀਤਾ ਹੋਇਆ ਕਿ ਜਦੋਂ ਤੁਸੀਂ ਮੁਨਾਫੇ ਕਿਸੇ ਮੁਨਾਫੇ ਤੋਂ ਰਹਿਤ ਕਿਸੇ ਇਸ਼ਾ ਤੋਂ ਰਹਿਤ ਕਿਸੇ ਲਾਭ ਤੋਂ ਰਹਿਤ ਸੇਵਾ ਕਰੋਗੇ ਤਾਂ ਫਿਰ ਤੁਹਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੀਆਂ ਬਖਸ਼ਿਸ਼ਾਂ ਮਿਲ ਜਾਣਗੀਆਂ ਗੁਰਬਾਣੀ ਦਾ ਫਰਮਾਨ ਹੈ ਸੇਵਾ ਕਰਤ ਹੋਏ ਨਹਕਾਮੀ ਤਿਸ ਕੋ ਪ੍ਰਾਪਤ ਹੋਤ ਸੁਆਮੀ ਔਰ ਇੱਥੇ ਗਲ ਇਸ ਬਚਨ ਨਾਲ ਜੋੜ ਕੇ ਗੱਲ ਕਰੀਏ ਜੀ ਜਦੋਂ ਸਤਗੁਰੂ ਨੇ ਇੱਥੇ ਗੱਲ ਕੀਤੀ ਸਿੱਖ ਸੇਵਕ ਦੀ ਸੇਵਾ ਰੁਚੀ ਨਾਲ ਕਰਨ ਸੇਵਾ ਦੇ ਨਾਲ ਦੋ ਗੱਲਾਂ ਜੁੜ ਗਈਆਂ ਇੱਕ ਗੱਲ ਜੁੜ ਗਈ ਕਿ ਸੇਵਾ ਸਿੱਖ ਸੇਵਕ ਦੀ ਕਰਨੀ ਹੈ ਸਿੱਖਾਂ ਦੀ ਕਰਨੀ ਹੈ ਸੇਵਕਾਂ ਦੀ ਗੁਰੂ ਘਰ ਦੇ ਸਿੱਖਾਂ ਸੇਵਕਾਂ ਦੀ ਕਰਨੀ ਹੈ ਸੇਵਕ ਦੇ ਨਾਲ ਸਿੱਖ ਸ਼ਬਦ ਪਾਤਾ ਕਿ ਜਿਹੜਾ ਗੁਰੂ ਦਾ ਸਿੱਖ ਹੋਵੇ ਸੇਵਕ ਹੋਵੇ ਚੰਗੀ ਬਿਰਤੀ ਵਾਲਾ ਹੋਵੇ ਸੇਵਾ ਜਿਹੜੀ ਆ ਸਿੱਖ ਸੇਵਕ ਦੀ ਕਰਨੀ ਸਿੱਖ ਸੇਵਕ ਦੀ ਸੇਵਾ ਕਰਨੀ ਆ ਪਰ ਕਰਨੀ ਕਿਦਾਂ ਰੁਚੀ ਨਾਲ ਹਿਰਦੇ ਦੀ ਪੂਰੀ ਖੁਸ਼ੀ ਹੋਵੇ ਤੇ ਆਪਾਂ ਨੂੰ ਰੁਚੀ ਕਰਨੀ ਹੈ ਰੁਚੀ ਨਾ ਕਰ ਰਿਆ ਕੰਮ ਹਿਰਦੇ ਦੀ ਪੂਰੀ ਖੁਸ਼ੀ ਨਾ ਕਰ ਰਿਆ ਆਪਣੀ ਮਰਜ਼ੀ ਨਾਲ ਕਰ ਰਿਆ ਪਰ ਸੇ ਪਹਿਲਾਂ ਗੱਲ ਆਪਾਂ ਰੁਚੀ ਵਾਲੀ ਸਮਝ ਲਈਏ ਸਿੱਖ ਸੇਵਕ ਦੀ ਗੱਲ ਬਾਅਦ ਚ ਕਰਦੇ ਆ ਜੇ ਤੁਸੀਂ ਰੁਚੀ ਨਾਲ ਨਹੀਂ ਸੇਵਾ ਕਰਦੇ ਹਿਰਦੇ ਦੀ ਪੂਰੀ ਖੁਸ਼ੀ ਨਾਲ ਸੇਵਾ ਨਹੀਂ ਕਰਦੇ ਤਾਂ ਉਹ ਸੇਵਾ ਫਿਰ ਦਿਖਾਵੇ ਦੀ ਸੇਵਾ ਹੋਏਗੀ ਪਰ ਦਿਖਾਵੇ ਦੀ ਸੇਵਾ ਤੁਹਾਨੂੰ ਕੋਈ ਫਾਇਦਾ ਦੇਣ ਦੀ بجائے ਨੁਕਸਾਨ ਕਰੇਗੀ ਜਦੋਂ ਅਸੀਂ ਸੇਵਾ ਕਰਦੇ ਆ ਦਿਖਾਵਾ ਕਰਦੇ ਆ ਇਹ ਤਾਂ ਮਤਲਬ ਤੁਸੀਂ ਆ ਤੁਸੀਂ ਆਪਣੀ ਹਉਮੈ ਨੂੰ ਪੱਠੇ ਪਾ ਰਿਆ ਹੁੰਦੇ ਆ ਤੁਸੀਂ ਆਪਣੇ ਹੰਕਾਰ ਨੂੰ ਹੋਰ ਵੱਡਾ ਕਰ ਰਿਆ ਹੁੰਦੇ ਆ ਕਿ ਮੈਂ ਜੀ ਆ ਦੇਖੋ ਕਿੰਨੀ ਸੇਵਾ ਕਰਦਾ ਤੁਸੀਂ ਨਾਲ-ਨਾਲ ਦਿਖਾਵਾ ਕਰ ਰਹੇ ਸੇਵਾ ਦਾ ਕਿ ਵੱਡਾ ਸਾਰਾ ਦਾਨ ਦਿੱਤਾ ਉਹਦਾ ਦਿਖਾਵਾ ਕਰ ਦਿੱਤਾ ਉਹਨੂੰ ਵਾਰ-ਵਾਰ ਦੁਹਰਾ ਦਿੱਤਾ ਤੇ ਇਹਦੇ ਨਾਲ ਤੁਸੀਂ ਆਪਣੀ ਸੇਵਾ ਦਾ ਦਿਖਾਵਾ ਕੀਤਾ ਉਹਦੇ 'ਚ ਰੁਚੀ ਨਹੀਂ ਆ ਉਹਦੇ 'ਚ ਹਿਰਦੇ ਦੀ ਖੁਸ਼ੀ ਨਹੀਂ ਆ ਉਹਦੇ 'ਚ ਦਿਖਾਵਾ ਹੈ ਤੇ ਜਦੋਂ ਦਿਖਾਵਾ ਹੋਏਗਾ ਫਿਰ ਉਹ ਤੁਹਾਡੇ ਹੰਕਾਰ ਦਾ ਕਾਰਨ ਬਣੇਗਾ ਸੇਵਾ ਨੇ ਹੰਕਾਰ ਨੂੰ ਮਾਰਨਾ ਹੈ ਸੇਵਾ ਨੇ ਹਉਮੇ ਦੀ ਜਿਹੜੀ ਅਕਾਲ ਪੁਰਖ ਪਰਮਾਤਮਾ ਦੇ ਮਨੁੱਖ ਦੇ ਵਿੱਚ ਜਿਹੜੀ ਹਉਮੇ ਦੀ ਭੀਤ ਪਈ ਹੋਈ ਆ ਹਉਮੇ ਦੀ ਕੰਧ ਪਈ ਹੋਈ ਆ ਹਉਮੇ ਦਾ ਜਿਹੜਾ ਪਰਦਾ ਪਿਆ ਹੋਇਆ ਵਿੱਚੋਂ ਉਹ ਸੇਵਾ ਤੇ ਸਿਮਰਨ ਦੇ ਨਾਲ ਤੋੜਨਾ ਹੈ ਪਰ ਜੇ ਮਨੁੱਖ ਦਿਖਾਵੇ ਦੀ ਸੇਵਾ ਕਰੇਗਾ ਸੇਵਾ ਕਰਦੇ ਹੋ ਹਉਮੇ ਆਏਗੀ ਤਾ ਫਿਰ ਸੇਵਾ ਦਾ ਫਾਇਦੇ ਦੀ ਥਾਂ ਤੇ ਹੋਰ ਨੁਕਸਾਨ ਹੋ ਜਾਵੇਗਾ ਜੇ 루ਚੀ ਨਾਲ ਨਹੀਂ ਸੇਵਾ ਕਰੇਗਾ ਹਿਰਦੇ ਦੀ ਖੁਸ਼ੀ ਨਾਲ ਸੇਵਾ ਨਹੀਂ ਕਰੇਗਾ ਮਨੁੱਖ ਤੇ ਫਿਰ ਦਿਖਾਵੇ ਦੀ ਸੇਵਾ ਕਰੇਗਾ ਤੇ ਜਾਓ ਦੇਖਾ ਦੇਖੀ ਦੀ ਸੇਵਾ ਕਰੇਗਾ ਕਿੱਕ ਨੇ ਕੀਤੀ ਚਲ ਮੈਂ ਵੀ ਕਰ ਦਿੰਦਾ ਦੂਜੇ ਨੇ ਕੀਤੀ ਮੈਂ ਵੀ ਕਰ ਦਿੰਦਾ ਬਹੁਤੀ ਸੇਵਾ ਇਦਾਂ ਹੀ ਹੋ ਰਹੀ ਹੈ ਦੇਖਾ ਦੇਖੀ ਦੀ ਔਰ ਤੀਜੀ ਗੱਲ ਹੁੰਦੀ ਆ ਵੱਧਾ ਵੱਧਾ ਗੁਰਦੀ ਸੇਵਾ ਅਸੀਂ ਕਿਉਂਕਿ ਵੱਧੂ ਗੁਰਦੀ ਸੇਵਾ ਇਦਾਂ ਹੁੰਦੀ ਆ ਕਿ ਕੋਈ ਸੇਵਾ ਲੈਣ ਘਰ ਆ ਗਿਆ ਤੁਸੀਂ ਨਹੀਂ ਦੇਣਾ ਚਾਹੁੰਦੇ ਹਿਰਦੇ ਦੀ ਖੁਸ਼ੀ ਨਹੀਂ ਆ ਪਰ ਫੇਰ ਵੀ ਦੇ ਰਹਾ ਹੈ ਉਹ ਹਿਰਦੇ ਦੀ ਖੁਸ਼ੀ ਨਹੀਂ ਹੈ ਸੇਵਾ ਕਰਨ ਦੀ ਪਰ ਫੇਰ ਵੀ ਸੇਵਾ ਦੇ ਰਹਾ ਹੈ ਉਹ ਤੇ ਇਹਦਾ ਮਤਲਬ ਉਹ ਵੱਧੇ ਵੱਧੋਗਰੀ ਦੀ ਸੇਵਾ ਹੋ ਗਈ ਉਹ ਤਾਂ ਤੁਸੀਂ ਕਿਸੇ ਆਏ ਦਾ ਮੂੰਹ ਰੱਖ ਲਿਆ ਕੋਈ ਆਇਆ ਤੁਹਾਡੇ ਕੋਲ ਸੇਵਾ ਲੈਣ ਦੇ ਲਈ ਤੁਸੀਂ ਸੇਵਾ ਦੇ ਰਹਾ ਹੋ ਸਮਾਜ ਦਾ ਮੂੰਹ ਰੱਖਣ ਲਈ ਦੇ ਰਹਾ ਹੋ ਭਾਈਚਾਰ ਦਾ ਮੂੰਹ ਰੱਖਣ ਲਈ ਦੇ ਰਹਾ ਹੋ ਆਲੇ ਦੁਆਲੇ ਦਾ ਮੂੰਹ ਰੱਖਣ ਲਈ ਦੇ ਰਿਹਾ ਹੋ ਕਿਸੇ ਵਿਅਕਤੀ ਦਾ ਮੂੰਹ ਰੱਖਣ ਲਈ ਦੇ ਰਿਹਾ ਹੋ ਜੋ ਸੇਵਾ ਕਰ ਰਿਹਾ ਤੇ ਉਹ ਦਿਖਾਵੇ ਦੀ ਸੇਵਾ ਵੀ ਹੈ ਨਾਲ ਨਾਲ ਉਹ ਵੱਧੋਗਰੀ ਦੀ ਸੇਵਾ ਹੈ ਤੇ ਗੁਰਬਾਣੀ ਦੇ ਵਿੱਚ ਸਤਿਗੁਰ ਨੇ ਇਹੋ ਜੀ ਸੇਵਾ ਦੇ ਬਾਰੇ ਬਿਲਕੁਲ ਸਪਸ਼ਟ ਫਰਮਾਨ ਦਿੱਤੇ ਹੋ ਨੇ ਸਤਿਗੁਰ ਦਾ ਫਰਮਾਨ ਹੈ ਕਿ ਬੱਧੋਗੀਰੀ ਦੀਆਂ ਚਟੀਆਂ ਤਾਂ ਭਰੀਆਂ ਜਾ ਸਕਦੀਆਂ ਬੱਧੋਗੀਰੀ ਦੇ ਜੁਰਮਾਨੇ ਤਾਂ ਦਿੱਤੇ ਜਾ ਸਕਦੇ ਆ ਬੱਧੋਗੀਰੀ ਦੇ ਫਾਇਨ ਤਾਂ ਭਰੇ ਜਾ ਸਕਦੇ ਆ ਬੱਧੋਗੀਰੀ ਦੇ ਸਜ਼ਾਵਾਂ ਤੇ ਕੀਤੀਆਂ ਜਾ ਸਕਦੀਆਂ ਪਰ ਬੱਧੋਗੀਰੀ ਚ ਸੇਵਾ ਨਹੀਂ ਕੀਤੀ ਜਾ ਸਕਦੀ ਉਹ ਪ੍ਰਵਾਨ ਨਹੀਂ ਹੁੰਦੀ ਉਹ ਤਾਂ idade ਦੇ ਚੱਟੀ ਭਰੀ ਹੋਵੇ ਉਹ ਤਾਂ ਇਦਾਂ ਜਿੱਦੇ ਜੁਰਮਾਨਾ ਲੱਗਾ ਹੋਵੇ ਤੇ ਦੇ ਹੀ ਦੇਣਾ ਹੁਣ ਦੇਣਾ ਹੀ ਪੈਣਾ ਆ ਜਬਦੋਗਦੀ ਕਰ ਰਿਆ ਪਰ ਸਤਗੁਰੂ ਨੇ ਗੁਰਬਾਣੀ ਦੇ ਅੰਦਰ ਐਲਾਨ ਕਰਤਾ ਜੇ ਕੋਈ ਵੱਧਾ ਰੁਧਦਾ ਕਰਦਾ ਏ ਵੱਧੋਗਦੀ ਦੀ ਸੇਵਾ ਕਰਦਾ ਏ ਵੱਧੋਗਦੀ ਦਾ ਕੋਈ ਸਿਮਰਨ ਕਰਦਾ ਏ ਵੱਧੋਗਦੀ ਦਾ ਕੋਈ ਚੰਗਾ ਕੰਮ ਕਰਦਾ ਏ ਤਾਂ ਸਤਗੁਰੂ ਕਹਿੰਦੇ ਆ ਸਤਗੁਰੂ ਸਾਡੇ ਲਈ ਸਿਧਾਂਤ ਦੇਤਾ ਹਾਇ ਕਿ ਬੰਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਕਹਿੰਦੇ ਜਿਹੜਾ ਬੱਧਾ ਹੀ ਭਰ ਰਿਹਾ ਬੱਧਾ ਹੀ ਕੰਮ ਕਰ ਰਿਹਾ ਉਹ ਬੱਧਾ ਤੇ ਚੱਤੀ ਭਰਨ ਵਾਲੀ ਗੱਲ ਹੈ ਉਹ ਸੇਵਾ ਨਹੀਂ ਹੈ ਨਾ ਉਹ ਸਿਮਰਨ ਹੈ ਬੱਧਾ ਚੱਤੀ ਜੋ ਭਰੇ ਨਾ ਗੁਣ ਨਾ ਉਪਕਾਰ ਉਹਦਾ ਆਪਣਾ ਗੁਣ ਨਹੀਂ ਉਹ ਤਾਂ ਬੱਧੋਗਰੀ ਦੇ ਵਿੱਚ ਆ ਕੇ ਕਰ ਰਿਹਾ ਹੈ ਮਜਬੂਰੀ ਦੇ ਤਹਿਤ ਕਰ ਰਿਹਾ ਹੈ ਹਿਰਦੇ ਦੀ ਖੁਸ਼ੀ ਨਾਲ ਨਹੀਂ ਕਰ ਰਿਹਾ ਰੁਚੀ ਨਾਲ ਨਹੀਂ ਕਰ ਰਿਹਾ ਰੁਚੀ ਮਤਲਬ ਹਿਰਦੇ ਦੀ ਖੁਸ਼ੀ ਅੰਤਰਾਦਮੇ ਤੋਂ ਨਹੀਂ ਕਰ ਰਿਹਾ ਬੱਧਾ ਚੱਤੀ ਜੋ ਭਰੇ ਨਾ ਗੁਣ ਨਾ ਉਪਕਾਰ ਤੇ ਫਿਰ અપਕਾਰ ਕਿੱਦਾਂ ਹੋਏਗਾ ਸਤਿਗੁਰੂ ਕਹਿੰਦੇ ਨੇ ਛੇਤੀ ਖੁਸ਼ੀ ਸਵਾਰੀ ਐ ਕਿ ਜੇ ਤੁਸੀਂ ਰੂਚੀ ਨਾਲ ਕਰੋਗੇ ਨਾ ਖੁਸ਼ੀ ਨਾਲ ਕਰੋਗੇ ਛੇਤੀ ਖੁਸ਼ੀ ਸਵਾਰੀ ਐ ਤਾਂ ਕਾਰਜ ਆਵਹਿ ਰਾਸ ਜੇ ਤੁਸੀਂ ਰੂਚੀ ਨਾਲ ਕਰੋਗੇ ਖੁਸ਼ੀ ਨਾਲ ਕਰੋਗੇ ਕੋਈ ਸੇਵਾ ਤੇ ਸਿਮਰਨ ਕੋਈ ਚੰਗਾ ਕੰਮ ਕੋਈ ਦਾਨਪੁਣ ਖੁਸ਼ੀ ਨਾਲ ਕਰੋਗੇ ਰੂਚੀ ਨਾਲ ਕਰੋਗੇ ਤਾਂ ਕਾਰਜ ਆਵਹਿ ਰਾਸ ਤਾਂ ਕਾਰਜ ਰਾਸ ਹੋਣਾ ਐ ਤਾਂ ਉਹ ਗੁਰੂ ਦੇ ਦਰਤੇ ਪ੍ਰਵਾਨ ਹੋਣਾ ਜਦੋਂ ਤੁਸੀਂ ਵੱਧੋ ਗਰੀਦੀ ਨਾਲ ਹੀ ਕਰਨਾ ਤੇ ਫਿਰ ਸਤਗੁਰ ਦਾ ਮਨ ਉਹ ਸੇਵਾ ਲਈ ਨਹੀਂ ਮੰਨਣਾ ॠषि ਰੇ ਕਿ ॠषि ਹੋ ਕੇ ਕੀਤੀ ਸੇਵਾ ਦੇਖਾ ਦੇਖੀ ਕੀਤੀ ਸੇਵਾ ਵੱਧੀ ਵੱਧੋ ਗਰੀਦੀ ਕੀਤੀ ਸੇਵਾ ਕਿਸੇ ਮਜਬੂਰੀ ਦੀ ਕੀਤੀ ਸੇਵਾ ਕਿਸੇ ਦਿਖਾਵੇ ਦੀ ਕੀਤੀ ਸੇਵਾ ਦੇ ਨਾਲ ਤੁਸੀਂ ਸਤਗੁਰ ਦੀਆਂ ਖੁਸ਼ੀਆਂ ਨਹੀਂ ਲੈ ਸਕਦੇ ਕਿਉਂਕਿ ਤੁਹਾਡੀ ਇਹੋ ਜੀ ਸੇਵਾ ਦੇ ਲਈ ਬੇਸ਼ੱਕ ਬਾਹਰੋਂ ਤੁਸੀਂ ਸੇਵਾ ਕਰਤੀ ਅੰਦਰੋਂ ਹਿਰਦੇ ਦੀ ਖੁਸ਼ੀ ਨਹੀਂ ਤੇ ਸਤਗੁਰ ਤਾਂ ਅੰਤਰਾਜਮੀ ਆ ਤੁਹਾਡੇ ਹਿਰਦੇ ਦੀ ਰੂਚੀ ਨੂੰ ਜਾਣਦਾ ਹੈ ਤੁਹਾਡੇ ਹਿਰਦੇ ਦੀ ਖੁਸ਼ੀ ਨੂੰ ਜਾਣਦਾ ਹੈ ਤੁਹਾਡੇ ਅੰਤਰਾਤਮਾ ਨੂੰ ਜਾਣਦਾ ਹੈ ਤੇ ਸਤਗੁਰ ਦੇ ਆਧਾਰ ਦੇ ਉੱਤੇ ਤੁਹਾਡੇ ਹਿਰਦੇ ਦੀ ਕਈ ਹੋਈ ਗੱਲ ਤੁਹਾਡੀ ਭੈ ਭਾਵਣੀ ਵਾਲੀ ਗੱਲ ਜਿਹੜੀ ਆ ਤੁਹਾਡੀ ਅੰਦਰਲੀ ਗੱਲ ਆ ਉਹ ਪ੍ਰਵਾਨ ਹੁੰਦੀ ਆ ਤੇ ਸਤਗੁਰ ਨੇ ਖੁਸ਼ ਨਹੀਂ ਹੋਣਾ ਸਤਗੁਰ ਦਾ ਮਨ ਨਹੀਂ ਮੰਨਣਾ ਤੇ ਜੇ ਸਤਗੁਰ ਦਾ ਮਨ ਨਹੀਂ ਮੰਨਿਆ ਤੇ ਫਿਰ ਤੁਹਾਨੂੰ ਉਹਦਾ ਕੋਈ ਫਲ ਵੀ ਪ੍ਰਾਪਤ ਨਹੀਂ ਹੋਣਾ ਗੁਰਬਾਣੀ ਦਾ ਫਰਮਾਨ ਹੈ ਆਪਾਂ ਗੁਰਬਾਣੀ ਤੋਂ ਸਿੱਧੇ ਪ੍ਰਾਪਤ ਕਰ ਲੈਨੇ ਆ ਚੌਥੇ ਪਾਤਸ਼ਾਹ ਗੁਰੂ ਨਾਮਦਾਸ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 314 ਤੇ ਫਰਮਾਨਿਆ ਸਤਿਗੁਰੂ ਜੀ ਫਰਮਾਉਂਦੇ ਨੇ ਗੁਰੂ ਰਾਮਦਾਸ ਜੀ ਸੁੱਢੀ ਸੁਲਤਾਨ ਪਾਸ਼ਾ ਕਹਿੰਦੇ ਸਾਕ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਸੇਵਾ ਕੀਤੀ ਕਿਹੜੀ ਸਫਲਿਆ ਜਿੱਥੇ ਸਤਿਗੁਰੂ ਦਾ ਮਨ ਮੰਨੇ ਤੇ ਸਤਿਗੁਰੂ ਦਾ ਮਨ ਉੱਥੇ ਮੰਨਣਾ ਜਿਹੜੀ ਸੇਵਾ ਤੁਸੀਂ ਉੱਚੀ ਨਾ ਕਰੋਗੇ ਸਤਿਗੁਰੂ ਨੇ ਐਲਾਨ ਵੀ ਕਰ ਦਿੱਤਾ ਸਤਿਗੁਰੂ ਨੇ 52 ਬਚਨਾਂ ਦੇ ਵਿੱਚ ਵੀ ਆਖ ਦਿੱਤਾ ਆਪਾਂ ਉਹੀ ਬਚਨ ਪੰਜਵਾਂ ਬਚਨ ਜਿਹੜਾ ਆ 52 ਬਚਨਾਂ ਚ ਉਹੀ ਵਿਚਾਰ ਕਰ ਰਹੇ ਆ ਰੁਚੀ ਨਾਲ ਕੀਤੀ ਹੋਏਗੀ ਸੇਵਾ ਹਿਰਦੇ ਦੀ ਖੁਸ਼ੀ ਨਾਲ ਕੀਤੀ ਹੋਏਗੀ ਸੇਵਾ ਉਹ ਪ੍ਰਵਾਨ ਹੋਣੀ ਹੈ ਤੇ ਗੁਰੂ ਰਾਮਦਾਸ ਕਹਿੰਦੇ ਨੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ ਉਪਦੇਸ਼ ਜਿਦਤਾ ਸਤਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਨ ਵੰਨੇ ਇਹ ਚਾਲ ਨਰਾਲੀ ਗੁਰਮੁਖੀ ਗੁਰਦੀਖਿਆ ਸੁਣ ਮੰਨ ਭੰਨੇ ਸੋ ਸੇਵਾ ਇਦਾਂ ਕਰਨੀ ਆ ਕਿ ਸਤਗੁਰ ਦਾ ਮਨ ਮੰਨ ਜਾਵੇ ਸਤਗੁਰ ਤੁਹਾਡੀ ਸੇਵਾ ਨੂੰ ਪ੍ਰਵਾਨ ਕਰ ਲਵੇ ਸੇਵਾ ਹਿਰਦੇ ਦੀ ਖੁਸ਼ੀ ਨਾਲ ਕਰਨੀ ਹੈ ਸੇਵਾ ਸਿੱਖ ਸੇਵਕ ਦੀ ਕਰਨੀ ਹੈ ਸੇਵਾ ਗੁਰੂ ਦੇ ਹੁਕਮਾ ਮੁਤਾਬਕ ਕਰਨੀ ਹੈ ਸੇਵਾ ਉਵੇਂ ਕਰਨੀ ਹੈ ਜਿਵੇਂ ਸਤਿਗੁਰ ਨੇ ਆਖਿਆ ਹੈ ਤੇ ਫਿਰ ਸਤਿਗੁਰ ਦਾ ਮਨ ਮੰਨੇਗਾ ਤੇ ਜੇ ਸਤਿਗੁਰ ਦਾ ਮਨ ਮੰਨ ਗਿਆ ਨਾ ਤੇ ਫਿਰ ਚੜੀ ਚਵੱਗਣ ਮੰਨਣ ਵਾਲੀ ਗੱਲ ਕਹੀ ਹੈ ਗੁਰੂ ਰਾਮਦਾਸ ਪਾਤਸ਼ਾਹ ਨੇ ਕਿ ਤੁਹਾਨੂੰ 4 ਗੁਣਾ ਜ਼ਿਆਦਾ ਜੋ ਕੁਝ ਤੁਸੀਂ ਹੁਣ ਹੋ ਉਹ ਤੋਂ ਕਈ ਗੁਣਾ ਜ਼ਿਆਦਾ ਨੂਰ ਚੜੇਗਾ ਚੜੀ ਚਵੱਗਣ ਬਣੇ ਕਈ ਗੁਣਾ ਜ਼ਿਆਦਾ ਪ੍ਰਾਪਤੀਆਂ ਹੋਣਗੀਆਂ ਔਰ ਪਾਪਕ ਸੰਮਲ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਮਲ ਭੰਨੇ ਜਿੰਨੇ ਕੀਤੇ ਹੋਏ ਪਾਪ ਉਸਾਰੇ ਦੇ ਸਾਰੇ ਉਹ ਦੂਰ ਹੋ ਜਾਣਗੇ ਤਾਂ ਉਹਨਾਂ ਦਾ ਅਸਰ ਤੁਹਾਡੇ ਤੇ ਖਤਮ ਹੋ ਜਾਵੇਗਾ ਔਰ ਸਤਗੁਰ ਦੇ ਉਪਦੇਸ਼ ਨੂੰ ਮੰਨ ਕੇ ਔਰ ਜਿੱਦਾਂ ਸਤਗੁਰ ਨੇ ਆਖਿਆ ਹੈ ਬਿਲਕੁਲ ਹੋਵੇ ਸੇਵਾ ਰੁਚੀ ਦੇ ਨਾਲ ਕਰਨੀਆਂ ਸਿੱਖ ਸੇਵਕਾਂ ਦੀ ਕਰਨੀਆਂ ਲੋੜਵੰਦਾਂ ਦੀ ਕਰਨੀਆਂ ਸੋ ਜੇ ਖੁਸ਼ੀ ਨਾਲ ਸੇਵਾ ਕਰਾਂਗੇ ਫੇ ਸਤਗੁਰੂ ਦੀ ਖੁਸ਼ੀ ਮਿਲੇਗੀ ਜੇ ਖੁਸ਼ੀ ਨਾਲ ਸੇਵਾ ਨਹੀਂ ਕਰਾਂਗੇ ਰੂਚੀ ਨਾਲ ਸੇਵਾ ਨਹੀਂ ਕਰਾਂਗੇ ਸਾਡੀ ਹਿਰਦੇ ਦੀ ਖੁਸ਼ੀ ਨਹੀਂ ਹੋਵੇਗੀ ਸੇਵਾ ਕਰਦਿਆ ਤੇ ਸਤਗੁਰੂ ਦੀਆਂ ਖੁਸ਼ੀਆਂ ਤੋਂ ਵੀ ਵਾਂਝੇ ਰਹਿ ਜਾਵਾਂਗੇ ਸੋ ਸਤਗੁਰੂ ਦੀ ਖੁਸ਼ੀ ਲੈਣੀ ਆ ਤਾਂ ਹਿਰਦੇ ਦੀ ਖੁਸ਼ੀ ਦੇ ਨਾਲ ਸੇਵਾ ਕਰਨੀ ਪੈਣੀ ਆ ਇੱਕ ਤਾਂ ਇਹ ਸ਼ਰਤ ਸੀ ਦੂਜੀ ਸ਼ਰਤ ਸੀ ਕਿ ਸੇਵਾ ਸਿੱਖ ਸੇਵਕ ਦੀ ਕਰਨੀ ਆ ਪਹਿਲੀ ਗੱਲ ਤਾਂ ਬੜੀ ਸਪਸ਼ਟ ਹੈ ਜਿਹੜਾ ਅੱਧਾ ਬਚਨ ਕਰ ਦਿੱਤਾ ਕਿ ਸੇਵਾ ਰੁਚੀ ਨਾਲ ਕਰਨੀ ਹਿਰਦੇ ਤੋਂ ਕਰਨੀ ਖੁਸ਼ੀ ਨਾਲ ਕਰਨੀ ਬੱਦਾ ਬੱਦੋ ਕੀ ਦੀ ਸੇਵਾ ਨਹੀਂ ਪ੍ਰਵਾਨ ਹੁਣੀ ਦਿਖਾਵੇ ਦੀ ਸੇਵਾ ਨਹੀਂ ਪ੍ਰਵਾਨ ਹੁਣੀ ਦੇਖਾ ਦੇਖੀ ਦੀ ਸੇਵਾ ਨਹੀਂ ਪ੍ਰਵਾਨ ਹੁਣੀ ਰੀਸੋ ਰੀਸੀ ਦੀ ਸੇਵਾ ਨਹੀਂ ਪ੍ਰਵਾਨ ਹੁਣੀ ਕਿਉਂਕਿ ਉਹਨੇ ਤੁਹਾਡੇ ਹੁੰਮੇ ਵਧਾ ਦੇਣੀ ਹੈ ਸੋ ਸੇਵਾ ਹਿਰਦੇ ਦੀ ਖੁਸ਼ੀ ਨਾਲ ਕਰਨੀ ਹੈ ਪਹਿਲੀ ਗੱਲ ਦੂਜੀ ਗੱਲ ਦੀ ਸਤਗੁਰ ਸ਼ਰਤ ਲਾਉਂਦੇ ਕਿ ਸੇਵਾ ਸਿੱਖ ਸੇਵਕ ਦੀ ਕਰਨੀ ਆ ਇਸ ਗੱਲ ਦੀ ਦਮਝ ਨੂੰ ਥੋੜਾ ਜਿਹਾ ਅੱਜ ਦੇ ਸਮੇਂ 'ਚ ਸਮਝਣਾ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਇੱਕ ਇਸੇ ਗੱਲ ਨੂੰ ਭੁੱਲ ਗਏ ਆ ਸੇਵਾ ਜਿੰਨੀ ਅੱਜ ਕੱਲ ਸਿੱਖ ਕਰ ਰਹਾ ਆ ਸ਼ਾਇਦ ਇਹ ਦੁਨੀਆ 'ਚ ਕਿਸੇ ਹੋਰ ਕੌਮ ਨੇ ਕੀਤੀ ਹੋਵੇ ਜਦੋਂ ਕਦੇ ਮਾਨਵਤਾ ਦੇ ਉੱਤੇ ਔਖਾ ਸਮਾਂ ਆਉਂਦਾ ਨਾ ਉਦੋਂ ਸਿੱਖ ਆਪਣੇ ਸਾਰੇ ਖਜ਼ਾਨੇ ਖੋਲ ਦਿੰਦੇ ਆ ਸਿੱਖ ਵੀ ਤੇ ਸਿੱਖ ਸੰਸਥਾਵਾਂ ਵੀ ਸਾਡੇ ਗੁਰਦੁਆਰੇ ਵੀ ਸਾਡੇ ਅਦਾਰੇ ਵੀ ਤੇ ਨਿੱਜੀ ਤੌਰ ਤੇ ਸਿੱਖ ਵੀ ਆਪਣੇ ਵੱਧ ਤੋਂ ਵੱਧ ਜਿੰਨੀ ਵੱਧ ਤੋਂ ਵੱਧ ਜਦੋਂ ਮਨੁੱਖਤਾ ਨੂੰ ਕੋਈ ਭੀੜ ਪਈ ਹੈ ਬੇਸ਼ੱਕ ਕੋਈ ਕਦੇ ਤੂਫਾਨ ਆ ਜਾਵੇ ਕਦੇ ਪਚਾਲ ਆ ਜਾਏ ਕਦੇ ਹੜ੍ਹ ਆ ਜਾਏ ਕਦੇ ਕੋਈ ਬਿਮਾਰੀ ਫੈਲ ਜਾਏ ਕਦੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਵੇ ਕਿਤੇ ਕਿਸੇ ਤਰ੍ਹਾਂ ਦੀ ਕੁਦਰਤੀ ਆਫਤ ਹੋਵੇ ਕਿਸੇ ਤਰ੍ਹਾਂ ਦੀ ਕੁਦਰਤ ਘਟਨਾ ਹੋਵੇ ਤਾਂ ਜਿੰਨੀ ਸੇਵਾ ਸਿੱਖ ਕਰਦੇ ਨੇ ਔਰ ਉਹਨਾਂ ਸ਼ਾਇਦ ਹੀ ਕਿਸੇ ਦੁਨੀਆ ਦੀ ਹੋਰ ਕੌਮ ਨੇ ਕੀਤੀ ਉਹ ਜਿੱਦਾਂ ਸਿੱਖ ਆਪਣੇ ਖਜ਼ਾਨੇ ਖੋਲ ਦਿੰਦੇ ਆ ਉਹਦਾ ਸ਼ਾਇਦ ਹੀ ਕਿਸੇ ਹੋਰ ਕੌਮ ਨੇ ਖੋਲਿਆ ਆਵੇ ਔਰ ਇਸੇ ਕਰਕੇ ਸਿੱਖਾਂ ਦਾ ਨਾਂ ਬਹੁਤਿਆਂ ਦੂਜੀਆਂ ਕੌਮਾਂ ਦੇ ਵਿੱਚ ਲੰਗਰਾਂ ਵਾਲੀ ਕੌਮ ਦੇ ਤੌਰ ਤੇ ਜਾਣਿਆ ਜਾਂਦਾ ਭੁੱਖੇ ਨੂੰ ਰੋਟੀ ਦੇਣ ਵਾਲੇ ਠਾਰ ਦੇਣ ਵਾਲੇ ਉਕੇ ਜੀ ਖਜ਼ਾਨੇ ਖੋਲ ਦਿੰਨੇ ਆ ਪਰ ਇੱਕ ਗੱਲ ਇੱਥੇ ਇਹ ਖਜ਼ਾਨੇ ਖੋਲਦਿਆਂ ਹੋਇਆਂ ਲੰਗਰਾਂ ਦੀ ਸੇਵਾ ਕਰਦਿਆਂ ਹੋਇਆਂ ਇੱਕ ਗੱਲ ਬਿਲਕੁਲ ਦੇਖਿਓ ਕਿਹਦੇ ਆਲੇ ਦੁਆਲੇ ਨਿਗਾਹ ਮਾਰ ਕੇ ਸੇਵਾ ਸਭ ਤੋਂ ਜ਼ਿਆਦਾ ਤੁਸੀਂ ਕਰ ਰਹੇ ਸੇਵਾ ਸਭ ਤੋਂ ਜ਼ਿਆਦਾ ਅਸੀਂ ਕਰ ਰਹੇ ਹਾਂ ਖਜ਼ਾਨੇ ਸਭ ਤੋਂ ਜ਼ਿਆਦਾ ਅਸੀਂ ਲਟਾ ਰਹੇ ਹਾਂ ਪਰ ਕੌਮਾਂ ਦੀ ਗਿਣਤੀ ਧਰਮਾਂ ਦੀ ਦੁਜਿਆਂ ਦੀ ਵਧਦੀ ਜਾ ਰਹੀ ਆ ਕਾਰਨ ਕੀ ਆ ਅਸੀਂ ਸਿਰਫ ਸੇਵਾ ਹੀ ਕਰਦੇ ਆ ਆਪਣੇ ਵਿੱਚੋ ਜਿਹੜੀ ਕੌਮੀ ਭਾਵਨਾ ਆਪਣੇ ਧਰਮ ਭਤੀ ਜਿਹੜੀ ਭਾਵਨਾ ਹੈ ਜਿਹੜੀ ਇੱਕ ਤਰ੍ਹਾਂ ਦੀ ਸਮਰਪਿਤ ਹੋਣ ਦੀ ਗੁਰੂ ਨੂੰ ਭਾਵਨਾ ਹੈ ਉਹ ਵਿੱਚੋਂ ਕੱਢ ਦਿੱਤੀ ਹੋਈ ਹੈ ਆਪਣੇ ਦੀ ਸੇਵਾ ਨਹੀਂ ਕਰਦੇ ਆਪਣੇ ਦੀ ਬਾਣੀ ਫੜਦੇ ਜਿਹੜੇ ਤੁਹਾਡੇ ਆਪਣੇ ਬਣ ਜਾਂਦੇ ਉਹਨਾਂ ਦੀ ਬਾਣੀ ਤੁਸੀਂ ਫੜਦੇ ਦੁਨੀਆਂ ਭਰ ਦੀ ਸੇਵਾ ਕਰਦੇ ਦੁਨੀਆਂ ਭਰ ਦੇ ਉਹਨਾਂ ਥਾਵਾਂ ਦੀ ਜਿੱਥੇ ਸਿੱਖ ਨਹੀਂ ਵੱਸਦਾ ਓਡੀ ਦੂਰ ਦੂਰ ਜਾ ਕੇ ਵੀ ਸੇਵਾ ਕਰਦੇ ਆ ਅਰਬ ਦੀ ਜੰਗ ਲੱਗੀ ਸਿੱਖਾਂ ਨੇ ਜਾ ਜਾ ਕੇ ਉੱਥੇ ਵੀ ਸੇਵਾ ਕੀਤੀ ਜਿੱਥੇ ਜਿੱਥੇ ਵੀ ਦੂਣਾ ਪਈਆ ਜਿੱਥੇ 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 ਇੱਕ ਵੀ ਸਿੱਖ ਨਹੀਂ ਕਿਤੇ ਵਸਦਾ ਸੀ ਵਿਹੀਰਾ ਘੱਟ ਕੇ ਉਧਰ ਨੂੰ ਜਾ ਕੇ ਸੇਵਾ ਕਰਦੇ ਆ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਆ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਆ ਗੁਰੂ ਸਾਹਿਬ ਨੇ ਗੁਰਬਾਣੀ ਦੇ ਉਹ ਸਾਨੂੰ ਸਿਖਾਇਆ ਇਹੀ ਗੱਲ ਸਿਖਾਈ ਆ ਸਤਗੁਰੂ ਨੇ ਵਾਰ-ਵਾਰ ਗੁਰਬਾਣੀ ਦੇ ਇਹ ਗੱਲ ਕਹੀ ਆ ਅਵਲੈ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਬਲੇ ਕੌਣ ਮੰਦੇ ਇੱਕ ਨੂਰ ਤੇ ਉਪਜੇ ਹੋਏ ਸਾਰੇ ਨੇ ਸੋ ਸਾਰਿਆਂ ਦੀ ਸੇਵਾ ਕਰਨੀ ਚਾਹੀਦੀ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਆ ਗੁਰੂ ਅਰਜਨ ਦੇਵ ਦਾ ਮਹਾਵਾਖ ਆ ਨਾ ਕੋ ਵੈਰੀ ਨਹੀਂ ਬਗਾਨਾ ਸਖਲ ਸੰਗ ਹਮ ਕੋ ਬਣਿਆਈ ਸਾਰਿਆਂ ਦੀ ਸੇਵਾ ਮਾਨਵਤਾ ਦੀ ਕਰਨੀ ਚਾਹੀਦੀ ਆ ਪਰ ਕਲਗੀਧਰ ਪਾਸ਼ਾ ਦੀ ਛੇ ਕਹਿੰਦਾ ਅਰਥ ਕੀ ਹੈ ਕਿ ਸੇਵਾ ਸਿੱਖ ਸੇਵਕ ਦੀ ਕਰਨੀ ਆ ਸਿੱਖ ਸੇਵਕ ਦੀ ਸੇਵਾ ਕਰਨੀ ਆ ਪਰ ਕਰਨੀ ਬਰੁਚੀ ਨਾਲ ਆ ਹਿਰਦੇ ਦੀ ਖੁਸ਼ੀ ਨਾਲ ਕਰਨੀ ਆ ਇਹ ਬਚੰਦਾ ਕੀ ਅਰਥ ਹੋਇਆ ਫਿਰ ਸਿੱਖ ਸੇਵਕ ਦਾ ਇੱਥੇ ਕਹਿੰਦਾ ਕੀ ਅਰਥ ਹੋਇਆ ਇਹਦਾ ਅਰਥ ਇਹ ਹੈ ਕਿ ਸਤਿਗੁਰੂ ਸਮਝਾਉਣੀ ਦੇ ਰਹੇ ਨੇ ਕਿ ਸਿੱਖ ਨੇ ਮਾਨਵਤਾ ਦੀ ਸੇਵਾ ਕਰਨੀ ਹੈ ਸਿੱਖ ਨੇ ਮਨੁੱਖਤਾ ਦੀ ਸੇਵਾ ਕਰਨੀ ਹੈ ਸਿੱਖ ਨੇ ਲੋੜਵੰਦਾਂ ਦੀ ਸੇਵਾ ਕਰਨੀ ਹੈ ਸਿੱਖ ਨੇ ਦੁਖੀਆਂ ਦੇ ਨਾਲ ਖੜੇ ਹੋਣਾ ਹੈ ਇੱਥੋਂ ਤੱਕ ਵੀ ਖੜੇ ਹੋਣਾ ਹੈ ਗੁਰੂ ਗੋਬਿੰਦ ਸਿੰਘ ਨੇ ਦੁਖੀ ਪੰਡਤਾਂ ਦੇ ਲਈ ਆਪਣਾ ਪਿਤਾ ਗੁਰਵਾਨ ਕਰ ਦਿੱਤਾ ਸੀ ਦੁਖੀ ਭਾਰਤ ਵਾਸੀਆਂ ਦੇ ਲਈ ਆਪਣੇ ਪੁੱਤਰ ਤੱਕ ਕੁਰਬਾਨ ਕਰ ਦਿੱਤੇ ਸੀ ਇੱਥੋਂ ਤੱਕ ਵੀ ਖੜੇ ਹੋਣਾ ਹੈ ਪਾਰੇ ਕੁਛ ਕਰਦਿਆਂ ਕਰਦਿਆਂ ਆਪਣੇ ਸਿਧਾਂਤ ਨਹੀਂ ਭੁੱਲ ਜਾਣੇ ਆਪਣੇ ਆਲੇ ਦੁਆਲੇ ਨੂੰ ਜਿਹੜੇ ਤੁਹਾਡੇ ਨੇੜੇ ਨੇ ਜਿਹੜਾ ਉਹਨਾਂ ਨੂੰ ਨਹੀਂ ਭੁੱਲਣਾ ਜਿਹੜੇ ਤੁਹਾਡੇ ਨੇੜੇ ਦੇ ਲੋੜਵੰਦ ਨੇ ਕਦੇ ਐਦਾ ਨਹੀਂ ਤੁਹਾਡੀ ਜਿਹੜੀ ਇਹ ਜਿਹੜਾ ਤੁਹਾਡਾ ਆਲਾ ਦੁਆਲਾ ਦੀਵੇ ਵਰਗਾ ਨਹੀਂ ਹੋਣਾ ਚਾਹੀਦਾ ਕਿ ਦੀਵਾ ਆਲੇ ਦੁਆਲੇ ਤੁਹਾਡਾ ਰੋਸ਼ਨੀ ਦੇਈ ਜਾਵੇ ਪਰ ਦੀਵੇ ਦੇ ਥੱਲੇ ਹਨੇਰਾ ਹੋਵੇ ਤੁਹਾਡਾ ਆਲਾ ਦੁਆਲਾ ਸੂਰਜ ਵਰਗਾ ਹੋਣਾ ਚਾਹੀਦਾ ਤੁਹਾਡਾ ਆਲਾ ਦੁਆਲਾ ਕੁਦਰਤ ਦੇ ਉਹਨਾਂ ਤਾਰਿਆਂ ਵਰਗਾ ਹੋਣਾ ਚਾਹੀਦਾ ਹੈ ਜਿਹੜੇ ਦੂਰੋਂ ਆਪਣਾ ਵੀ ਚਮਕਾਉਂਦੇ ਨੇ ਤੇ ਦੂਜਿਆਂ ਨੂੰ ਵੀ ਰੋਸ਼ਨੀ ਦਿੰਦੇ ਨੇ ਸੂਰਜ ਬਾਗ ਦੂਰੋਂ ਕਰੋੜਾਂ ਕਰੋੜਾਂ ਮੀਲਾਂ ਦੀ ਦੂਰੀ ਤੋਂ ਵੀ ਦਿਸ ਰਹੇ ਨੇ ਆਪਣੀ ਚਮਕ ਦੇ ਨਾਲ ਪਰ ਤੁਹਾਨੂੰ ਵੀ ਰੋਸ਼ਨੀ ਦੇ ਰਹੇ ਨੇ ਮਾਨਵਤਾ ਨੂੰ ਵੀ ਰੋਸ਼ਨੀ ਦੇ ਰਹੇ ਨੇ ਮਨੁੱਖਤਾ ਨੂੰ ਪੂਰੇ ਬ੍ਰਹਿਮੰਡ ਨੂੰ ਰੋਸ਼ਨੀ ਦੇ ਰਹੇ ਨੇ ਪਰ ਆਪ ਵੀ ਦੂਰੋਂ ਚਮਕ ਰਹੇ ਨੇ ਧੀਰੇ ਜਿਹਾ ਸੱਲੇ ਨੇ ਰਹਿ ਜਾਏਗਾ ਜੇ ਤੁਸੀਂ ਬਾਰ ਬਾਰ ਸੇਵਾ ਕਰਦੇ ਰਹੇ ਆਪਣਿਆਂ ਨੂੰ ਨਹੀਂ ਸਿੱਖਾਂ ਸੇਵਕਾਂ ਨੂੰ ਲੋੜਵੰਦਾਂ ਦੀ ਸੇਵਾ ਨਾ ਕੀਤੀ ਸਿੱਖਾਂ ਦੇ ਵਿੱਚ ਇੱਕ ਆਡ ਦੇਖਣ ਨੂੰ ਮਿਲਦੀ ਹੈ ਸਾਰੀ ਦੁਨੀਆ ਦੀ ਸੇਵਾ ਕਰਕੇ ਕਰੋੜਾ ਕਰੋੜਾ ਰੁਪਿਆ ਦੀ ਸੇਵਾ ਕਰਕੇ ਅਰਬ ਅਰਬ ਰੁਪਿਆ ਦੀ ਸੇਵਾ ਕਰਕੇ ਜਦੋਂ ਕਿਤੇ ਗ੍ਰੰਥੀ ਨੂੰ ਤਰਖਾ ਦੇਣ ਦੀ ਗੱਲ ਆਉਂਦੀ ਹੈ ਜਿੰਨੇ ਤੁਹਾਡੀ ਗੁਰਮਤ ਨੂੰ ਗਾਂ ਲੈ ਕੇ ਜਾਣਾ ਜਦੋਂ ਕਿਤੇ ਪ੍ਰਚਾਰਕ ਨੂੰ ਕੁਝ ਦੇਣ ਦੀ ਲੋੜ ਆਉਂਦੀ ਹੈ ਗ੍ਰੰਥੀ ਦੇ ਬੱਚੇ ਭਾਵੇਂ ਕਰੋਨਾ ਵਾਇਰਸ ਦੇ ਵਿੱਚ ਉਹਦੇ ਪ੍ਰੋਗਰਾਮ ਨਾ ਲੱਗਦੇ ਹੁਣ ਕਿਤੇ ਉਹਦੇ ਬੱਚੇ ਪ੍ਰਚਾਰਕਾਂ ਦੇ ਬੱਚੇ ਬੇਸ਼ੱਕ ਭੁੱਖੇ ਮਰ ਜਾਣ ਸਾਡਾ ਦਿਲ ਨਹੀਂ ਬਸੀਜਦਾ ਗਰੰਟੀ ਦੇ ਬੱਚੇ ਪੜ੍ਹ ਨਾ ਸਕਣ ਪੈਸੇ ਤੋਂ ਖੋਣਾ ਸਾਡਾ ਦਿਲ ਨਹੀਂ ਬਸੀਜਦਾ ਆਪਣੇ ਪ੍ਰਚਾਰਕਾਂ ਨੂੰ ਇਨਸਾਮ ਦੇ ਆਪਣੇ ਗਰੰਤੀਆਂ ਨੂੰ ਇਨਸਾਮ ਦੇ ਆਪਣੇ ਬੁੱਧੀਜੀਵਿਆਂ ਨੂੰ ਇਨਸਾਮ ਦੇ ਆਪਣੇ ਕਮੀਆਂ ਨੂੰ ਆਪਣੇ ਲੇਖਕਾਂ ਨੂੰ ਜਿਨ੍ਹਾਂ ਨੇ ਕੌਮ ਦੀ ਗੱਲ ਗਾਂ ਲੈ ਕੇ ਜਾਣੀ ਹੈ ਉਹਨਾਂ ਵਾਰੀ ਅਸੀਂ ਬਹੁਤ ਕੰਜੂਸ ਬੜ ਜਾਂਦੇ ਹਾਂ ਸ਼ੂਮ ਬੜ ਜਾਂਦੇ ਹਾਂ ਉਹਨਾਂ ਵਾਰੀ ਸਤਿਗੁਰੂ ਕਹਿੰਦੇ ਨਹੀਂ ਜਿਨ੍ਹਾਂ ਨੇ ਤੁਹਾਡੀ ਕੌਮ ਨੂੰ ਲੈ ਕੇ ਜਾਣਾ ਹੈ ਤੁਹਾਡੀ ਕੌਮ ਦੇ ਨੌਜਵਾਨ ਤੁਹਾਡੀ ਕੌਮ ਦੇ ਬੱਚੇ ਤੁਹਾਡੀ ਕੌਮ ਦੇ ਪ੍ਰਚਾਰਕ ਤੁਹਾਡੀ ਕੌਮ ਦੇ ਗ੍ਰੰਥੀ ਤੁਹਾਡੀ ਕੌਮ ਦੇ ਬੁੱਧੀਜੀਵੀ ਤੁਹਾਡੀ ਕੌਮ ਦੇ ਕਵੀ ਤੁਹਾਡੀ ਕੌਮ ਦੇ ਲੇਖਕ ਤੁਹਾਡੀ ਕੌਮ ਦੇ ਆਰਟਿਸਟ ਜਿਹੜੀਆਂ ਕਲਾਵਾਂ ਨੂੰ ਸਿੱਖਣ ਲਈ ਉਮਰਾਂ-ਉਮਰਾਂ ਲੱਗ ਜਾਂਦੀਆਂ ਨੇ ਉਹ ਤਾਂ ਸਿੱਖ ਸਕਣਗੇ ਜਿਉਂ ਉਨ੍ਹਾਂ ਦੀ ਰੋਜੀ ਰੋਟੀ ਦਾ ਬੰਦੋਬਸਤ ਕਿਤੇ ਕੰਮ ਕਰੇਗੀ ਪਾਈਚਾਰਾ ਕਰੇਗਾ ਆੜਾਦ ਵਾਲਾ ਛੱਡ ਕੇ ਸਿੱਖ ਸੇਵਕਾਂ ਦੀ ਸੇਵਾ ਛੱਡ ਕੇ ਜੇ ਤੁਸੀਂ ਬਾਕੀ ਦੁਨੀਆ ਸਾਡੀ ਸੇਵਾ ਵੀ ਕਰੀ ਜਾਓਗੇ ਤੁਹਾਡੀ ਕੌਮ ਵਿੱਚ ਕਦੀ ਵਾਧਾ ਨਹੀਂ ਹੋ ਸਕਦਾ। ਔਰ ਇਸ ਬਿਮਾਰੀ ਦਾ ਅੱਜ ਜਿਸੀ ਸ਼ਿਕਾਰ ਹੋ ਗਿਆ। ਇਸੇ ਕਰਕੇ ਕਲਗੀਧਰ ਦੇ ਬਚਨ ਦੀ ਇਸ ਦੀ ਮਹੱਤਤਾ ਹੈ ਅੱਜ ਦੇ ਸਮੇਂ ਦੇ ਵਿੱਚ। ਕਿ ਸੇਵਾ ਸਿੱਖ ਸੇਵਕ ਦੀ ਕਰਨੀ ਆ ਤੇ ਰੁਚੀ ਨਾਲ ਕਰਨੀ ਆ ਖੁਸ਼ੀ ਨਾਲ ਕਰਨੀ ਆ। ਸਿੱਖ ਸੇਵਕ ਦੀ ਸੇਵਾ ਰੁਚੀ ਨਾਲ ਕਰਨੀ ਤੇ ਬਚਣਾ। ਔਰ ਇਸ ਬਚਨ ਨੂੰ ਮੰਨਣਾ ਹੈ ਤੇ ਜੇ ਕੇ ਦੇ ਸਤਿਗੁਰੂ ਨੂੰ ਪੁੱਛੀਏ ਨਾ ਕਲਗੀਧਰ ਪਾਤਸ਼ਾਹ ਨੂੰ ਉਹਨਾਂ ਨੇ ਬਚਨ ਨਹੀਂ ਕੀਤਾ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਵੀ ਇਹ ਬਿਲਕੁਲ ਦਸਮਗਨਾਂ ਦੇ ਵਿੱਚ ਬਾਣੀ ਹੈ ਕਲਗੀਧਰ ਪਾਤਸ਼ਾਹ ਦੀ ਗਿਆਨ ਪ੍ਰਬੋਧ ਔਰ ਗਿਆਨ ਪ੍ਰਬੋਧ ਦਾ 685 ਨੰਬਰ ਸਵਈਆ ਹੈ ਉਹ ਸਵਈਏ ਦੇ ਅੰਦਰ ਕਲਗੀਧਰ ਪਾਤਸ਼ਾਹ ਨੇ ਗੱਲ ਆਖ ਦਿੱਤੀ ਆ ਕਕਲਗੀ ਸਿੱਖਾਂ ਵੱਲ ਇਸ਼ਾਰਾ ਕਰਕੇ ਖਾਲਸੇ ਵੱਲ ਇਸ਼ਾਰਾ ਕਰਕੇ ਆਪਣੇ ਬੁੰਜਾ ਕਵੀਆਂ ਵੱਲ ਇਸ਼ਾਰਾ ਕਰਕੇ ਆਪਣੇ ਜੰਗਜੂ ਯੋਧਿਆ ਜਰਨੈਲਾਂ ਵੱਲ ਜਿਨ੍ਹਾਂ ਨੇ ਆਪਣਾ ਆਪ ਕੌਮ ਨੂੰ ਨਿਸ਼ਾਵਰ ਕੀਤਾ ਹੋਇਆ ਹੈ ਆਪਣੇ ਘਰ ਪਰਿਵਾਰ ਛੱਡ ਕੇ ਗੁਰੂ ਤੋਂ ਕੁਰਬਾਨ ਹੋਣ ਲਈ ਆ ਗਏ ਉਹਨਾਂ ਦੇ ਘਰਾਂ ਪਰਿਵਾਰਾਂ ਨੂੰ ਕੌਣ ਖਾਂਦੇਗਾ ਸਤਿਗੁਰੂ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਕੀਤਾ ਸਾਰੀ ਸੰਗਤ ਨੂੰ ਸੰਬੋਧਨੋ ਕਿ ਆਖਿਆ ਕਿ ਸੰਗਤ ਨੂੰ ਆਖਿਆ ਕਿ ਸੇਵ ਕਰੀ ਇਨਹੀ ਕੀ ਭਾਵਤ ਆਪਣੇ ਯੋਧਿਆ ਵੱਲ ਆਪਣੇ ਜਰਨੈਲਾਂ ਵੱਲ ਆਪਣੇ ਕਮੀਆਂ ਵੱਲੇ ਬੁੱਧੀ ਜੀ ਮੈਨੂੰ ਇਸ਼ਾਰਾ ਕਰਕੇ ਆਖਿਆ ਸੰਗਤ ਨੂੰ ਆਕੇ ਸੇਵ ਕਰੀ ਇਨਹੀ ਕੀ ਬਹਾਵਤ ਕਿ ਮੈਨੂੰ ਇਹਨਾਂ ਦੀ ਕੀਤੀ ਹੋਈ ਸੇਵਾ ਹੀ ਚੰਗੀ ਲੱਗੂਗੀ ਜੇ ਤੁਸੀਂ ਇਹਨਾਂ ਦੀ ਸੇਵਾ ਕਰੋਗੇ ਔਰ ਕਿ ਸੇਵ ਸੁਹਾਤ ਨਾ ਜੀ ਕੋ ਬਾਕੀ ਬਾਹਰ ਜਾ ਕੇ ਜਿੰਨੀਆਂ ਮਰਜੀ ਸੇਵਾਵਾਂ ਕਰਦੇ ਲੋ ਜਿੰਨੇ ਮਰਜੀ ਦਾਰ ਦੇ ਅੰਦਰੋ ਮੇਰੇ ਦਿਲ ਨੂੰ ਔਰ ਦੇ ਨਾਲ ਖੁਸ਼ੀ ਨਹੀਂ ਜੀ ਆਉਣੀ ਜੇ ਤੁਸੀਂ ਇਹਨਾਂ ਦੀ ਸੇਵਾ ਨਾ ਕੀਤੀ ਆਪਣਾ ਘਰ ਸੰਭਿਆ ਨਹੀਂ ਆਪਣੀ ਕੌਮ ਦੇ ਪ੍ਰਚਾਰਕ ਸੰਭੇੜੀ ਆਪਣੀ ਕੌਮ ਦੇ ਗਰੰਥੀ ਸੰਭੇੜੀ ਆਪਣੀ ਕੌਮ ਦੇ ਯੋਧੇ ਸੰਭੇ ਨਹੀਂ ਆਪਣੀ ਕੌਮ ਦੇ ਜਰਨੈਲ ਸੰਭੇ ਨਹੀਂ ਆਪਣੀ ਕੌਮ ਤੋਂ ਨਿਸ਼ਾਵੜ ਹੋਣ ਵਾਲੇ ਸਾਂਭੇੜੀ ਉਹਨਾਂ ਦੇ ਪਰਿਵਾਰ ਦੇ ਸਾਂਭੇ ਬਾਹਰ ਜਾ ਕੇ ਜਿੰਨੇ ਮਰਜੀ ਲੰਗਰ ਲਾਈ ਜਾਇਓ ਕੌਮ ਤਕੀਆਂ ਵੱਲ ਨਹੀਂ ਜਾ ਸਕੇਗੀ ਇਹ ਕਲਗੀਧਰ ਦਾ ਬਚਨ ਸਤਗੁਰੂ ਕਹਿੰਦੇ ਮੇਰੀ ਖੁਸ਼ੀ ਨਹੀਂ ਬਣੇਗੀ ਸੇਵ ਕਰੀ ਇਨਹੀ ਕੋ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ ਦਾਨ ਦਿਓ ਇਨਹੀ ਕੋ ਬੜੋ ਔਰ ਆਣ ਕੋ ਦਾਨ ਨਾ ਲਾਗਤ ਨੀ ਕੋ ਸਤਗੁਰੂ ਕਹਿੰਦੇ ਦਾਨ ਦਿੱਤਾ ਇਹਨਾਂ ਨੂੰ ਫਲੂਗਾ ਇਹਨਾਂ ਨੂੰ ਦਿੱਤਾ ਹੋ ਦਾਨ ਹੀ ਭਲਾ ਭਲਾ ਮੈਂ ਕਹੂੰਗਾ ਅਰ ਆਣ ਕੋ ਦਾਨ ਨਾ ਲਾਗ ਦੇ ਨੀ ਕੋ ਜੇ ਇਹਨਾਂ ਨੂੰ ਛੱਡ ਕੇ ਤੁਸੀਂ ਬਾਹਰ ਦਾਨ ਦਿੰਦੇ ਫਿਰੋਗੇ ਇਹ ਲੋੜਵੰਦ ਨੇ ਇਹਨਾਂ ਲੋੜਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਣਾ ਬਾਹਰ ਜਾ ਕੇ ਦਾਨ ਦਿੰਦੇ ਫਿਰੋਗੇ ਆਣ ਕੋ ਦਾਨ ਨਾ ਲਾਗਤ ਨੀ ਕੋ ਆਗੇ ਫਲੇ ਇਨਹੀ ਕੋ ਦਿਓ ਅਰ ਆਗੇ ਫਲੇ ਇਨਹੀ ਕੋ ਦਿਓ ਜੱਗ ਮੈਂ ਜਸ ਔਰ ਦਿਓ ਸਾਫੀਕੋ ਕਿ ਜੇ ਤੁਸੀਂ ਜਗ ਦੇ ਵਿੱਚ ਦੱਸ ਲੈਣਾ ਹੈ ਇਸ ਜਗ ਦੇ ਵਿੱਚ ਕੌਮ ਦੀ ਬੜੋਤਰੀ ਦੇਖਣੀ ਚਾਹੁੰਦੇ ਹੋ ਇਸ ਜਗ ਦੇ ਵਿੱਚ ਆਪਣੀ ਕੌਮ ਦੀ ਆਪਣੇ ਭਾਈਚਾਰੇ ਦੀ ਆਪਣੇ ਆਦਰਸ਼ਾਂ ਦੀ ਕਿਤੇ ਪ੍ਰਾਪਤੀਆਂ ਦੇਖ ਰਹੀਆਂ ਚਾਹੁੰਦੇ ਹੋ ਜਗ ਦੇ ਵਿੱਚ ਜਾ ਚਾਹੁੰਦੇ ਹੋ ਅੱਗੇ ਵਲੇ ਨਹੀਂ ਕੋ ਦਿਓ ਇਹਨਾਂ ਨੂੰ ਦਿੱਤਾ ਹੋਇਆ ਹੀ ਅੱਗੇ ਜਾ ਕੇ ਫਲਣਾ ਹੈ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ ਇਹਨਾਂ ਨੂੰ ਦਿੱਤੇ ਹੋਣ ਵਾਲੀ ਜਗ ਦੇ ਵਿੱਚ ਜਾ ਸੋਣਾ ਹੈ ਔਰ ਦਿਓ ਸਾਫੀਕੋ ਬਾਕੀ ਸਾਰਾ ਕੁਝ ਦਿੱਤਾ ਫਿੱਕਾ ਕਰਕੇ ਜਾਣੇ ਉਹਦਾ ਜਸ ਨਹੀਂ ਇਹ ਮਿਲਣਾ ਔਰ ਸਤਗੁਰੂ ਨੇ ਅਗਲੇ ਅਖੀਰਲੀ ਪੰਕਤੀ ਵਿੱਚ ਕਿਹਾ ਇਸ ਕੋਈ ਨਹੀਂ ਮੋ ਗਹਿ ਮੈਂ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭੀ ਇਹਨ ਕੋ ਮੇਰਾ ਅਗੇ ਦੇ ਜਦ ਤੱਕ ਮੇਰਾ ਆ ਸਤਗੁਰੂ ਕਹਿੰਦੇ ਜੋ ਕੁਛ ਮੇਰਾ ਆ ਮੇਰਾ ਤਨ ਵੀ ਮੇਰਾ ਧਨ ਵੀ ਮੇਰਾ ਮਨ ਵੀ ਜੋ ਕੁਛ ਮੇਰਾ ਆ ਉਹ ਇਸ ਖਾਲਸੇ ਦਾ ਆ ਉਹ ਮੇਰੇ ਸਿੱਖਾਂ ਸੇਵਕਾਂ ਦਾ ਆ ਮੈਂ ਆਪਣੇ ਸਿੱਖਾਂ ਸੇਵਕਾਂ ਤੋਂ ਕੁਝ ਲਕਾਇਆ ਨਹੀਂ ਜੋ ਕੁਝ ਮੇਰਾ ਹੈ ਮੈਂ ਸਿੱਖਾਂ ਸੇਵਕਾਂ ਤੋਂ ਨਿਸ਼ਾਵਰ ਕਰਦਾ ਔਰ ਇਦਾਂ ਹੀ ਜੋ ਕੁਝ ਤੁਹਾਡਾ ਹੈ ਤੁਸੀਂ ਗੁਰੂ ਦੇ ਸਿੱਖਾਂ ਸੇਵਕਾਂ ਤੋਂ ਜੇ ਨਿਸ਼ਾਵਰ ਕਰਨਾ ਜਾਣੋਗੇ ਤਾਂ ਫਿਰ ਕੌਮ ਤਰੱਕੀਆਂ ਦੇ ਰਾਹ ਤੇ ਪਵੇਗੀ ਕੌਮ ਦੇ ਵਿੱਚ ਵਾਧਾ ਵੀ ਹੋਵੇਗਾ ਇਸ ਗੱਲ ਨੂੰ ਅੱਜ ਦੇ ਸਮੇਂ 'ਚ ਸਮਝਣ ਦੀ ਲੋੜ ਹੈ ਔਰ ਇਹੀ ਵਜੋਂ ਸਤਗੁਰੂ ਨੇ ਸਰਬ ਲੋਗ ਰੰਗ ਦੇ ਵਿੱਚ ਵੀ ਕੀਤਾ ਬਿਲਕੁਲ ਇਦਾਂ ਦਾ ਵਚਨ ਨਹੀਂ ਸਤਗੁਰੂ ਨੇ ਬਿਲਕੁਲ ਕਲਗੀਧਰ ਪਾਤਸ਼ਾਹ ਨੇ ਸਰਬ ਲੋਗ ਰੰਗ ਦੇ ਵਿੱਚ ਆਖਿਆ ਕਿਰਪਾਵੰਤ ਕਿਰਪਾਵੰਤ ਖਾਲਸ ਸਗਲ ਤੈ ਪ੍ਰਸ਼ਾਦ ਪਿਓ ਗੌਰ ਕਿ ਖਾਲਸੇ ਦੀ ਕਿਰਪਾ ਦੇ ਨਾਲ ਕਿਉਂਕਿ ਕਿਰਪਾਵੰਤ ਹੈ ਕਿਰਪਾਵੰਤ ਖਾਲਸਾ ਸਗਲ ਸਗਲ ਖਾਲਸਾ ਕਿਰਪਾਵੰਤ ਹੈ ਇਹਦੀ ਕਿਰਪਾ ਦੇ ਨਾਲ ਇਹਦੀ ਬਖਸ਼ਿਸ਼ ਦੇ ਨਾਲ ਤੈ ਪ੍ਰਸ਼ਾਦ ਪਿਓ ਗੌਰ ਮੈਂ ਇਹਨਾਂ ਦੇ ਨਾਲ ਹੀ ਵੱਡਾ ਹੋਇਆ ਆ ਇਕੱਲਾ ਕੋਈ ਵੱਡਾ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਇਕੱਲਾ ਵੱਡਾ ਨਹੀਂ ਮੈਂ ਖਾਲਸੇ ਦੀ ਕਿਰਪਾ ਦੇ ਨਾਲ ਖਾਲਸੇ ਨਾਲ ਜੁੜ ਕੇ ਵੱਡਾ ਹੋਇਆ ਕਿਉਂਕਿ ਮੋਈਸ਼ ਰੰਗ ਦਾ नाथ ਜੱਗ ਭਟਕਤ ਫਿਰ ਤੇ ਕਰੋੜ ਜੇ ਮੈਂ ਇਕੱਲਾ ਹੂੰਗਾ ਤੇ ਮੇਰੇ ਵਰਗੇ नाथ ਛੋਟੀ ਉਮਰ ਦੀ ਪਤਾ ਚਲ ਗਿਆ ਪਟਕਤ ਫਿਰਦਕੋ ਲੋੜ ਜੇ ਖਾਲਸਾ ਨਾਲ ਨਾ ਹੁੰਦੀ ਤੇ ਪਟਕਦੇ ਫਿਰਦੇ ਨੀ ਮੇਰੇ ਵਰਗਾ ਲਖਾ ਕਲਗੀਧਰ ਪਾਸ਼ਾ ਨੇ ਖਾਲਸੇ ਨੂੰ ਵਡਿਆਈ ਦਿੱਤੀ ਆ ਆਣ ਸੇਵਨਾ ਸਫਲ ਕਸ਼ੀ ਈਤ ਓਤ ਪਰਲੋਕ ਇਸੇ ਕਰਕੇ ਮੈਂ ਕਹਿ ਰਿਹਾ ਕਿ ਹੋਰ ਕਿਸੇ ਦੀ ਸੇਵਾ ਕੀਤੀ ਨਾ ਇੱਥੇ ਨਾ ਉੱਥੇ ਆਣ ਸੇਵਨਾ ਸਫਲ ਕਸ਼ੀ ਕਦੇ ਸਫਲ ਨਹੀਂ ਹੋਣੀ ਈਤ ਓਤ ਪਰਲੋਕ ਨਾ ਇੱਥੇ ਨਾ ਉੱਥੇ ਦਾ ਪਰਲੋਕ ਚ ਕਦੇ ਵੀ ਸਫਲ ਨਹੀਂ ਜੇ ਹੋਣੀ ਨਹੀਂ ਪਰ ਉਹ ਸੇਵਾਤ ਇਸ ਬਣਾ ਕبھی ਹਰ ਕਦੀ ਸੋਖ ਜਿਹੜਾ ਖਾਲਸੇ ਤੋਂ ਬਣਾ ਮੇਰੇ ਸਿੱਖਾਂ ਸੇਵਕਾਂ ਤੋਂ ਬਣਾ ਇਹਨਾਂ ਦੀਆਂ ਲੋੜਾਂ ਦੀ ਪੂਰੀ ਕਰਨ ਤੋਂ ਬਣਾ ਹੋਰ ਬਾਰ ਬਾਰ ਜਾ ਕੇ ਸੇਵਾ ਕਰਦਾ ਫਿਰੇਗਾ ਉਹ ਕਦੀ ਖੁਸ਼ੀ ਚ ਤੇ ਕਦੀ ਦੁੱਖ ਚ ਤਾਂ ਹੋ ਸਕਦਾ ਆ ਪਰ ਉਹਦੀਆਂ ਸੇਵਾ ਦੀ ਪ੍ਰਾਪਤੀ ਨਹੀਂ ਹੋਣੀ ਤੇ ਜੇ ਕਿਤੇ ਭਾਈ ਗੁਰਦਾਸ ਜੀ ਨੂੰ ਪੁੱਛੀਏ ਮੈਂ ਕੀ ਇਹ ਲੈ ਇੱਕ ਮਿੰਟ ਦੇ ਵਿੱਚ ਗੱਲ ਕਰਕੇ ਸਮਾਜਾਚਨਾ ਕਰ ਜਾਣੀ ਸਮਾਂ ਹੋ ਗਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪੰਜ ਬਾਰ ਗੰਗ ਜਾਏ ਕਵਿਤਾ ਭਾਈ ਗੁਰਦਾਸ ਜੀ ਦਾ ਔਰ ਭਾਈ ਗੁਰਦਾਸ ਜੀ ਦੇ ਕਵਿਤਾ ਚ 673 ਨੰਬਰ ਕਵਿਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਪੰਜ ਬਾਰ ਗੰਗ ਜਾਏ ਬਾਰ ਪੰਜ ਪ੍ਰਾਂਗ ਨਾਏ ਤੈਸਾ ਪੁੰਨ ਇੱਕ ਗੁਰਸਿੱਖ ਕੋ ਨਿਵਾਏ ਕਾ ਇੱਕ ਗੁਰਸਿੱਖ ਨੂੰ ਨਿਵਾ ਲਿਓ ਭਾਈ ਗੁਰਦਾਸ ਜੀ ਕਹਿੰਦੇ ਨੇ ਤੇ ਸਮਝ ਲਓ ਤੁਸੀਂ ਤੀਰਥਾਂ ਦੇ ਇਸ਼ਨਾਨ ਕਰ ਲਿਆ ਪ੍ਰਾਗ ਦਾ ਵੀ ਇਸ਼ਨਾਨ ਕਰ ਲਿਆ ਬਰਾਰਸ ਦਾ ਵੀ ਇਸ਼ਨਾਨ ਕਰ ਲਿਆ ਗੰਗਾ ਦਾ ਵੀ ਇਸ਼ਨਾਨ ਕਰ ਲਿਆ ਪੰਜ 바ਰ ਗੰਗ ਦਾਏ 바ਰ ਪੰਜ ਪ੍ਰਾਗ ਨਾਏ ਤੈਸਾ ਪੁੰਨ ਇੱਕ ਗੁਰਸਿੱਖ ਕੋ ਨਿਵਾਏ ਕਾ ਸਿੱਖ ਕੋ ਭਲਾਏ ਪਾਣੀ ਤੇ ਜੇ ਕਿਤੇ ਸਿੱਖ ਨੂੰ ਪਾਣੀ ਪਲਾਤਾ ਭਾਉ ਨਾਲ ਭਕਤੀ ਨਾਲ ਭਾਉ ਕਰ ਕੁਰਖੈਤ ਅਸਮੇ ਜਗਫਲ ਦੇਸ ਕੋ ਜਿਵਾਏ ਕਾ ਉਹਨੂੰ ਕਹਿੰਦੇ ਉਹ ਨਾ ਬਿਲਕੁਲ ਉਹਨੂੰ ਤੁਸੀਂ ਕਦੇ ਇੱਕ ਪ੍ਰਸ਼ਾਦਾ ਛਕਾਤਾ ਪਾਣੀ ਪਿਆਤਾ ਤੇ ਤੁਸੀਂ ਜਿੱਦਾਂ ਨਾ ਅਸ਼ਮੇਗ ਜਾ ਕਰ ਰਿਆ ਉਹਨਾਂ ਤੁਹਾਨੂੰ ਮਾਣ ਮਿਲੇਗਾ ਉਹਨਾਂ ਤੁਹਾਨੂੰ ਧਨ ਮਿਲੇਗਾ ਜੈਸੇ ਸਤ ਮੰਦਰ ਕੰਚੜ ਕੇ ਅਸਾਰ ਦੇ ਨੇ ਤੈਸਾ ਬੋਣਾ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਜਿਵੇਂ ਸੈਂਕੜੇ ਹਜ਼ਾਰਾਂ ਮੰਦਰ ਤੁਸੀਂ ਸੋਨੇ ਦੇ ਅਸਾਰ ਦੇ ਜਿੰਨਾ ਉਹਦਾ ਫਲ ਮਿਲਣਾ ਹੈ ਉਹਨਾਂ ਸਿੱਖ ਨੂੰ ਇੱਕ ਸ਼ਬਦ ਸਿਖਾਏ ਦਾ ਗੁਰਮੰਤਰ ਸਿਖਾਏ ਦਾ ਗੁਰਬਾਣੀ ਪੜ੍ਹਾਏ ਦਾ ਫਲ ਮਿਲਣਾ ਹੈ ਉਹਨੂੰ ਗੁਰੂ ਨਾਲ ਜੋੜਨ ਦਾ ਫਲ ਮਿਲ ਜਾਣਾ ਹੈ ਜੈਸੇ 20 ਬਾਰ ਦਰਸ਼ਨ ਸਾਧ ਕੀਆ ਕਾਹੂੰ ਕਿਸੇ ਹੋਰ ਸਾਧ ਦੇ ਜਾ ਕੇ 20 ਬਾਰ ਦਰਸ਼ਨ ਕਰਨ ਨਾਲ ਉਹ ਦਿੱਦੜਾ ਕਿ ਸਿੱਖ ਤੈਸਾ ਫਲ ਸਿੱਖ ਕੋ ਚਾਪ ਪਕਸਾ ਆਏਗਾ ਕਿ ਸਿੱਖਾਂ ਦੀ ਪਗਚਾਪ ਨਾ ਕਰਕੇ ਉਹਨਾਂ ਦੇ ਪੈਰਾਂ ਨੂੰ ਨੱਪ ਕੇ ਕਿਦੇ ਉਹਦੀ ਸਕੇਵਾ ਦੂਰ ਕਰ ਦਿਓ ਤੇ ਸਤਿਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣ ਜਾਵੋਗੇ ਸੋ ਬਚਨਾ ਕਲਗੀਧਰ ਪਾਤਸ਼ਾਹ ਦਾ ਪੰਜਵਾਂ ਬਚਨਾ ਸਿੱਖ ਸੇਵਕ ਦੀ ਸੇਵਾ ਰੁਚੀ ਨਾਲ ਕਰਨੀ ਹੈ ਔਰ ਦੋ ਗੱਲਾਂ ਸਮਝਣ ਦੀ ਲੋੜ ਹੈ ਇੱਕ ਰੁਚੀ ਨਾਲ ਕਰਦੇ ਦੀ ਖੁਸ਼ੀ ਨਾਲ ਦੂਜੀ ਸੇਵਾ ਦੀ ਪਹਿਲ ਜਿਹੜੀ ਉਹ ਸਿੱਖ ਸੇਵਕ ਦੀ ਹੈ ਸਿੱਖ ਸੇਵਕ ਦੀ ਕਰਨੀ ਹੈ ਤਾਹੀਂ ਕੌਮ ਦੇ ਵਿੱਚ ਵਾਧਾ ਹੋਏਗਾ ਤਾਂ ਹੀ ਕੌਮ ਦੇ ਵਿੱਚ ਪਿਆਰ ਵੀ ਵਧੇਗਾ ਤਾਂ ਹੀ ਕੌਮ ਤਰੱਕੀਆਂ ਕਰੇਗੀ ਕਲਗੀਧਰ ਦਾ ਵਚਨ ਅੱਜ ਦੇ ਸਮੇਂ ਦੇ ਵਿੱਚ ਜੇ ਕਿਤੇ ਇਸ ਬਚਨ ਨੂੰ ਆਪਾਂ ਮੰਨ ਲਈਏ ਤਾਂ ਤਰੱਕੀਆਂ ਕਰਾਂਗੇ ਖਿਮਾ ਦੀ ਜਾਚਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ